ਤਾਂ ਐਕਚੁਲੀ ਜਿਹੜਾ ਏਡਸ ਹੈ ਉਹ ਬਿਮਾਰੀ ਨਹੀਂ ਹੈ। ਬਿਮਾਰੀ ਬਣ ਗਿਆ ਬਿਮਾਰੀ ਕਹਾਂ ਤੁਹਾਨੂੰ ਕਿ ਭਿਆਨਕ ਬਿਮਾਰੀਆਂ ਦੇਣ ਵਾਲਾ ਇਨਵੀਟੇਸ਼ਨ ਹੈ
ਜਿਹਨੂੰ ਹੋ ਜਾਵੇ ਉਦੋਂ ਦੀ ਲਾਈਫ ਖਤਮ ਹੋ ਜਾਂਦੀ, ਜਦੋਂ ਉਹਨੂੰ ਏਜ ਹੋ ਜਾਂਦੀ ਉਦੋਂ ਦੀ ਲਾਈਫ ਜਿਹੜੀ ਉਹ ਇੱਕ ਤਰੀਕੇ ਦੀ ਖਤਮ ਹੋ। ਹੁਣ ਇਹ ਬੜਾ ਲੋਕਾਂ ਦੇ ਦਿਮਾਗ ਦੇ ਵਿੱਚ ਇਹ ਇੱਕ ਵਹਿਮ ਹੈ ਕਿ ਏਜ ਉਂਝ ਕਿਉਂ ਨਹੀਂ, ਆਪਾਂ ਸਾਰੇ ਜਣੇ ਨੂੰ ਇੱਕ ਚੀਜ਼ ਨਾਲ ਜੋੜ ਕੇ ਦੇਖਦੇ ਹਾਂ, ਆਪਾਂ ਸਾਰੇ ਐਜੂਕੇਟਡ ਹਾਂ ਪਰ ਮੇਰੇ ਕੋਲ ਸਾਡੀ ਨੌਲੇਜ ਕਿੰਨੀ ਘੱਟ ਹੈ ਕਿ ਜਦੋਂ ਏਡਸ ਬਾਰੇ ਬੋਲਿਆ ਜਾਂਦਾ ਨਾ ਆਪਾਂ ਸਮਝ ਘੱਟ ਬੋਲਦੇ। ਮੰਨ ਲਓ ਤੁਸੀਂ ਕਿਸੇ ਨੂੰ ਏਡਸ ਹੋਈ ਹੋਈ ਤੁਹਾਨੂੰ ਪਤਾ ਲੱਗ ਜਾਏ, ਤੁਸੀਂ ਆਪਦੀ ਮਦਰ ਸਾਹਮਣੇ ਜਾ ਕੇ ਕਹੋਗੇ ਵੀ ਯਾਰ ਉਹਨੂੰ ਏਡਸ ਹੋਈ ਹੋਈ, ਕਿਉਂ ਨਹੀਂ ਬੋਲੋ? ਆਪਾਂ ਪੜ੍ਹੇ ਲਿਖੇ ਹਾਂ ਤਾਂ ਵੀ ਆਪਾਂ ਇੰਨੀ ਗੱਲ ਸਮਝ ਨਹੀਂ, ਆਪਾਂ ਏਡਸ ਨੂੰ ਪਤਾ ਕੀ ਕਰਦੇ ਹਾਂ, ਆਪਾਂ ਜੋੜਦੇ ਕਿਹਦੇ ਨਾਲ, ਸਿਰਫ ਇੱਕ ਸੈਕਸ ਨਾਲ, ਠੀਕ ਹੈ, ਸਿਰਫ ਇੱਕ ਚੀਜ਼ ਨਾਲ, ਜਦਕਿ ਏਦਾਂ ਨਹੀਂ ਹੈਗਾ। ਇਹਨੇ ਬਹੁਤ ਸਾਰੀਆਂ ਕਾਰਨ ਇੱਕ ਜੰਮੇ ਬੱਚੇ ਵੀ ਏਡਸ ਹੋ ਸਕਦੀ, ਕਿਵੇਂ ਹੋ ਸਕਦੀ ਹੈ? ਬਹੁਤ ਤਰੀਕੇ ਨੇ ਜਿਹਦੇ ਕਿ ਹੋ ਸਕਦਾ ਕਿ ਜਿਹੜੀ ਮਦਰ ਹੈ ਉਹ ਜਿਹੜੇ ਜਿਹੜਾ ਉਹਦਾ ਫਾਦਰ ਹੈ ਉਹਨੇ ਫਾਦਰ ਨੂੰ ਕਿਸੇ ਤਰੀਕੇ ਪਹਿਲਾਂ ਏਡਸ ਆਪਣੇ ਪਤਾ ਲੱਗ ਜਾਂਦੀ ਏਡਸ ਸ਼ੁਰੂ ਕੀਤੀ ਹੋਈ। ਤਾਂ ਬਹੁਤ ਪੁਰਾਣੇ ਵਿੱਚ ਜਿਹਦੇ ਨੇ ਕਿ ਚਿੰਪੈਂਜੀ ਤੋਂ ਇਹ ਏਡਸ ਹਿਊਮਨ ਬੀਂਗ ਆਈ, ਅਤੇ ਹੁਣ ਇਹ ਸਿਰਫ ਹਿਊਮਨ ਬੀਂਗ ਦੇ ਵਿੱਚ ਹੋਰ ਗਏ ਨਹੀਂ, ਸਿਰਫ ਆਪਣੇ 'ਚ, ਸਿਰਫ ਹਿਊਮਨ ਬੀਂਗ ਦੇ ਵਿੱਚ। ਤਾਂ ਤੁਸੀਂ ਹਿਸਾਬ ਲਓ ਕਿੰਨੇ ਸਾਲ ਡੈਕੇਡਸ ਹੋ ਗਏ ਅਜੇ ਤੱਕ ਆਪਾਂ ਇਹਦਾ ਇਲਾਜ ਨਹੀਂ ਕਰਦੇ। ਹੁਣ ਹੁੰਦੀ ਕਿਤੇ ਆਪਾਂ ਉਹਦੀ ਗੱਲ ਕਰਦੇ ਜਿਹੜਾ ਤਾਂ ਕਿ ਆਪਾਂ ਉਹਦਾ ਵਿਚਾਰ ਦੀ ਗੱਲ ਸੋਚ ਸਕਦੇ ਹਾਂ। ਇਹਦਾ ਇੱਕ ਆਸਪੈਕਟ ਤੁਹਾਨੂੰ ਸਭ ਨੂੰ ਪਤਾ ਜਿਹੜਾ ਅਨਸੇਫ ਸੈਕਸ ਤਾਂ ਹੀ ਏਡਸ ਹੋ ਸਕਦੀ, ਯਾਨੀ ਇੱਕ ਕੋਲ ਐਚ ਆਈ ਵੀ ਵਾਇਰਸ ਹੋਣਾ ਚਾਹੀਦਾ ਉਹ ਤਾਂ ਦੂਜੇ ਨੂੰ ਟਰਾਂਸਮਿਟ ਕਰ ਸਕਦਾ। ਮੰਨ ਲਓ ਕਿ ਫਾਦਰ ਤੁਸੀਂ ਫਾਦਰ ਤੋਂ ਜਿਹੜਾ ਉਹ ਮਤਲਬ ਐਚ ਆਈ ਵੀ ਪੋਜ਼ੀਟਿਵ ਕੌਣ ਬਣ ਗਈ? ਬੱਚੇ ਦੀ ਮਦਰ, ਬੱਚੇ ਦੀ ਮਦਰ ਤੋਂ ਬੱਚਾ ਜਿਹੜਾ ਉਹ ਪੇਟ ਚੁੰਗਾ ਕਿਵੇਂ ਕਰੇ?
ਦੇ ਨਾਤੇ ਉਹਦਾ ਵਜ਼ੀਫਾ ਤੋ ਇੱਕ ਵਾਰ ਦੇ ਨਾਲ ਵਿਸ਼ੇਸ਼ ਤੌਰ ਤੇ ਸਾਡੇ ਦਰਬਾਰ ਤੁਸੀਂ ਫਰਮਾਏ ਕਲੈਕਟਰ ਅਜਮਾਨ ਦੀ ਅਸਰੀ ਔਰ ਤੁਹਾਡੇ ਅੱਜ ਦੇ ਲੈਕਚਰ ਕਰਤਾ ਤੁਹਾਡੇ ਬੱਚੋ ਇਹ ਤੁਹਾਡਾ ਦਿਨ ਹੈ ਇਹਨੂੰ ਆਪਾਂ ਇਹ ਕੁਛ ਗੱਲਾਂ ਨੂੰ ਆਪਾਂ ਲਾਈਵ ਨਹੀਂ ਦਿੰਦੇ ਹਾਂ ਐਨ ਐਸ ਐਸ ਕੇਵਲ ਤੁਹਾਡੇ ਲਈ ਸਫਾਈ ਦੀ ਯੋਜਨਾ ਨਹੀਂ ਆ ਕਿ ਸਫਾਈ ਕੀਤੀ ਜੀ ਅਤੇ ਐਨ ਐਸ ਐਸ ਕੈਂਪ ਲੱਗ ਗਿਆ ਐਨ ਐਸ ਐਸ ਸੈਮੀਨਾਰ ਵੀ ਲਗਾਉਂਦੀ ਹੈ ਜਿਹਦੇ ਵਿੱਚ ਤੁਹਾਨੂੰ ਤੁਹਾਡੇ ਨਾਲ ਸੰਬੰਧਿਤ ਭਾਗ ਦੇ ਮਸਲੇ ਜਿਹੜੇ ਇਸ ਤੋਂ ਇਲਾਵਾ